ਅੱਜ ਬੜੇ ਇੱਕ ਭਰੇ ਦਿਲ ਨਾਲ ਇੱਕ ਡਾਕਟਰ ਇਕਬਾਲ ਜਿਹੜੇ ਕਿ ਦੇਸ਼ ਭਗਤ ਸਨ ਅਤੇ ਉਹਨਾਂ ਨੇ ਦੇਸ਼ ਦੇ ਲਈ ਇੱਕ ਗੀਤ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਜਿਸ ਨੂੰ ਪੜ੍ਹਿਆ ਜਾਂਦਾ ਹੈ ਅਤੇ ਵੱਡੇ ਉੱਚੀ ਸੁਰ ਵਿੱਚ ਪੜ੍ਹਿਆ ਜਾਂਦਾ ਦੇਸ਼ ਵਿੱਚ ਵੀ ਅਤੇ ਵਿਦੇਸ਼ ਵਿੱਚ ਵੀ। ਪਰ ਉਸ ਨੇ ਇੱਕ ਸ਼ੇਰ ਲਿਖਿਆ ਜਿਹੜਾ ਕਿ ਉਹਨੂੰ ਲਿਖਣਾ ਪਿਆ ਕਿ ਮੁੱਦਤੇ ਗੁਜ਼ਰ ਚੁੱਕੀ ਹੈ ਰੰਜੋ ਗਮ ਸਹਿਜਦੇ ਹੋਏ, ਸ਼ਰਮ ਸੀ ਆਤੀ ਹੈ ਇਸ ਦੇਸ਼ ਕੋ ਆਪਣਾ ਦੇਸ਼ ਕਹਿਤੇ ਹੋਏ। ਅੱਜ ਦੀ ਇੱਕ ਘਟਨਾ ਜਿਹੜੀ ਹੈ ਇਸ ਨੇ ਮੁੜ ਤੋਂ ਉਹ ਜ਼ਖਮ ਅੱਲੇ ਕਰ ਦਿੱਤੇ ਜਿਹੜੀ ਗੱਲ 84 ਦੇ ਵਿੱਚ ਨਵੰਬਰ ਨੂੰ ਜਦੋਂ ਕਾਂਗਰਸ ਦੇ ਲੋਕ ਜਿਹੜੇ ਆ ਉਹ ਸਰਦਾਰ ਦੀ ਬੇਟੀ ਜਿਹੜੀ ਹੈ ਮੇਨਕਾ ਗਾਂਧੀ ਉਹਨੂੰ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਦਾ ਨਾਰਾ ਲਾਇਆ ਅਤੇ ਸਿੱਖਾਂ ਨੂੰ ਬਦਨਾਮ ਕੀਤਾ, ਹਜ਼ਾਰਾਂ ਸਿੱਖ ਜਿਹੜੇ ਆ ਕਤਲ ਕਰ ਦਿੱਤੇ ਗਏ ਜਿਹਦੇ ਸਿਰ ਦੇ ਉੱਤੇ ਦਸਤਾਰ ਸੀ। ਅਤੇ ਅੱਜ ਇੱਕ ਬੰਗਾਲ ਦੇ ਵਿੱਚੋਂ ਇੱਕ ਖਬਰ ਆ ਰਹੀ ਹੈ ਜਿੱਥੇ ਇੱਕ ਪੁਲਿਸ ਅਫਸਰ ਹੈ ਜਿਹਦੇ ਸਿਰ ਦੇ ਉੱਤੇ ਦਸਤਾਰ ਹੈ ਉਸ ਨੂੰ ਖਾਲਿਸਤਾਨੀ ਗਵਾਨਿਆ ਜਾ ਰਿਹਾ। ਮੈਂ ਆਪਣੀ ਗੱਲ ਨੂੰ ਕਿਸੇ ਇੱਕ ਪਾਰਟੀ ਨਾਲ ਬੰਨਣ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਜਦੋਂ ਕਿਸੇ ਇੱਕ ਪਾਰਟੀ ਦੇ ਨਾਲ ਮੈਂ ਬੰਨਾਂਗਾ ਤਾਂ ਉਸ ਗੱਲ ਦਾ ਵਜਰ ਘੱਟ ਜਾਏਗਾ। ਮੈਂ ਇਹ ਸਮਝਦਾ ਕਿ ਕਾਂਗਰਸ ਨੇ ਵੀ ਜੋ ਕੁਛ ਕੀਤਾ ਸੀ ਅਤੇ ਅੱਜ ਦੇ ਸੱਤਾ 'ਤੇ ਬੈਠੇ ਲੋਕ ਉਹ ਉਹਨਾਂ ਵੱਲੋਂ ਵੀ ਇਹ ਕੁਛ ਹੋ ਰਿਹਾ, ਤਸਵੀਰ ਇਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ। ਮੈਨੂੰ ਯਾਦ ਹੈ ਅਤੇ ਨਹੀਂ ਭੁੱਲਿਆ ਕਿ ਅਰਸ਼ਦੀਪ ਨੇ ਕੈਚ ਛੱਡ ਦਿੱਤਾ ਜਿਹੜਾ ਕਿ ਖੇਡ ਦੇ ਵਿੱਚ ਇਹ ਘਟਨਾ ਵਾ ਅਤੇ ਉਸ ਨੂੰ ਖਾਲਿਸਤਾਨੀ ਜਿਹੜਾ ਐਲਾਨ ਕਰ ਦਿੱਤਾ ਗਿਆ। ਇਹ ਗੱਲ ਇਕੱਲੇ ਇਹਨਾਂ ਘਟਨਾਵਾਂ ਦੀ ਨਹੀਂ ਹੈ, ਇਹ ਹੈ ਕਿ ਦੇਸ਼ ਦੇ ਅੰਦਰ ਇੱਕ ਮਾਨਸਿਕਤਾ ਜੋ ਪਰੋਸੀ ਜਾ ਰਹੀ ਹੈ ਉਸ ਦੇ ਲਈ ਵੱਡੀ ਫਿਕਰਮੰਦੀ ਹੈ। ਭਾਵੇਂ ਕਿ ਸੱਤਾ 'ਤੇ ਬੈਠੇ ਲੋਕਾਂ ਦੇ ਇਹ ਦਿਮਾਗ 'ਤੇ ਉਹਦਾ ਨਸ਼ਾ ਚੜਿਆ ਹੋਇਆ ਅਤੇ ਇਸ ਗੱਲ ਵੱਲ ਗੌਰ ਨਹੀਂ ਕਰਨਗੇ ਕਿਉਂਕਿ ਜੇ ਸਿੱਖਾਂ ਨੂੰ ਤੁਸੀਂ ਇਸ ਤਰ੍ਹਾਂ ਬਦਨਾਮ ਕਰੋਗੇ, ਇਸ ਤਰ੍ਹਾਂ ਸਿੱਖਾਂ ਨੂੰ ਚੜਾਓਗੇ ਤਾਂ ਮੈਂ ਇਹ ਸਮਝਦਾ ਕਿ ਇਸ ਦੇਸ਼ ਜਿਹੜਾ ਆਜ਼ਾਦ ਮੁਲਕ ਹੈ ਜਿਹਨੂੰ ਇੱਕ ਵੱਡੀ ਸ਼ਕਤੀ ਉਸਾਰਨ ਲਈ ਜਾ ਰਹੇ ਹੋ ਤੁਸੀਂ, ਕੀ ਇਹ ਉਹ ਸ਼ਕਤੀ ਬਣ ਜਾਵੇਗਾ? ਕੀ ਇਹ ਜਿਨ੍ਹਾਂ ਨੇ ਇਸ ਦੇਸ਼ ਨੂੰ ਬੁਨਿਆਦ ਨੂੰ ਮਜ਼ਬੂਤ ਕੀਤਾ, ਆਜ਼ਾਦ ਕਰਵਾਇਆ, ਵੱਡੀਆਂ ਫਾਂਸੀਆਂ ਝੱਲੀਆਂ, ਤਸ਼ੱਦਦ ਝੱਲੇ, ਕੀ ਹੁਣ ਅੱਜ ਇਹਨਾਂ ਨੂੰ ਤੁਸੀਂ ਵੱਖਵਾਦੀ ਬਣਾਓਗੇ ਜਿਹੜਾ ਆਪਣੀ ਡਿਊਟੀ ਕਰਦਾ ਜਾਂ ਕੋਈ ਦੇਸ਼ ਦੇ ਲਈ ਖੇਡ ਖੇਡਦਾ? ਸੋ ਇਹ ਮਾਨਸਿਕਤਾ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ, ਗੱਲ ਈਵੈਂਟ ਦੀ ਨਹੀਂ ਹੈ, ਗੱਲ ਤਾਂ ਇਸ ਦੇਸ਼ ਦੇ ਵਿੱਚ ਪਰੋਸੀ ਜਾ ਚੁੱਕੀ ਮਾਨਸਿਕਤਾ ਦੀ ਹੈ। ਇਹ ਸਰਕਾਰਾਂ ਇਸ ਗੱਲ ਨੂੰ ਬੜਾਵਾ ਦੇ ਰਹੀਆਂ ਨੇ, ਜੇ ਕਾਂਗਰਸ ਨੇ ਦਿੱਤਾ ਤਾਂ ਅੱਜ ਦਿੱਲੀ 'ਤੇ ਬੈਠੇ ਜਿਹੜੇ ਕਮਲ ਦਾ ਫੁੱਲ ਹੈ ਉਹ ਵੀ ਇਸ ਗੱਲ ਦੀ ਮਾਨਸਿਕਤਾ ਨੂੰ ਬੜਾਵਾ ਦੇ ਰਿਹਾ। ਮੈਂ ਚਾਹੂੰਗਾ ਕਿ ਇਹ ਜਿਹੜੀ ਖਬਰ ਹੈ ਇਸ ਖਬਰ ਦੀ ਅੰਦਰ ਦੀ ਤਸਵੀਰ ਨੂੰ ਇਹ ਦਿੱਲੀ 'ਚ ਬੈਠੇ ਲੋਕ ਜਿਹੜੇ ਆ ਸੱਤਾ 'ਤੇ ਬੈਠੇ ਲੋਕ ਜਿਹੜੇ ਕਿ ਆਨੰਦ ਮਾਣ ਰਹੇ ਨੇ, ਜਿਹੜੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਅਤੇ ਉਸ ਦੇ ਮਾਲਕ ਬਣਨ ਨੂੰ ਆਪਣੇ ਨਾਅਰੇ ਲਾ ਰਹੇ ਨੇ, ਉਹ ਇਹ ਦੇਖਣ ਕਿ ਕਿਹਨਾਂ ਨੇ ਆਜ਼ਾਦ ਕਰਾਇਆ, ਕਿ ਉਹਨਾਂ ਨਾਲ ਇਹ ਕੀਤਾ ਹਸ਼ਰ ਦੇਸ਼ ਲਈ ਕਿਤੇ ਖਤਰਾ ਤਾਂ ਨਹੀਂ ਬਣ ਜਾਏਗਾ। ਸੋ ਬਹੁਤ ਅਫਸੋਸ ਹੋਇਆ ਕਿ ਬੰਗਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਦਸਤਾਰਧਾਰੀ ਸਿੱਖ ਨੂੰ ਖਾਲਿਸਤਾਨੀ ਕਹਿ ਕੇ ਉਸ ਨੂੰ ਉਸਦੀ ਬੇਇੱਜ਼ਤੀ ਕੀਤੀ ਗਈ ਆ, ਉਸ ਦੇ ਧਰਮ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਇੱਕ ਘਟਨਾ ਨਹੀਂ ਹੈ, ਇਹ ਬਹੁਤ ਵੱਡੀ ਖਤਰੇ ਦੀ ਘੰਟੀ ਆ। ਇਹ ਦੇਸ਼ ਇਸ ਗੱਲ ਨੂੰ ਜੇ ਸਮਝ ਜਾਵੇਗਾ ਤੇ ਆਉਣ ਵਾਲਾ ਸਮਾਂ ਜਿਹੜਾ ਭਵਿੱਖ ਹੈ ਉਹਦਾ ਸੁਨਹਿਰਾ ਹੋਵੇਗਾ। ਜੇ ਇਸ ਗੱਲ ਨੂੰ ਨਹੀਂ ਸੋਚਣਗੇ ਤਾਂ ਮੈਨੂੰ ਲੱਗਦਾ
ਕਿ ਦੇਸ਼ ਦੀ ਜਿਹੜੀ ਉਹ ਪ੍ਰਭੂਸੱਤਾ ਵਾ ਉਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਨਾ ਕੋਈ ਧੱਬਾ ਤੇ ਕੋਈ ਨਾ ਕੋਈ ਜਿਹੜਾ ਖਤਰਾ ਮੰਡਰਾਉਂਦਾ ਦਿਖਾਈ ਦੇਵੇਗਾ।